ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਆਪਾਂ ਸਮੋਸੇ ਬਣਾਵਾਂਗੇ ਜੀ, ਇੱਕ ਅਲੱਗ ਤਰੀਕੇ ਦੇ। ਇਹ ਸਮੋਸੇ ਜੇਕਰ ਤੁਸੀਂ ਪਹਿਲਾਂ ਕਿਸੇ ਵੀ ਤਰ੍ਹਾਂ ਦੇ ਸਮੋਸੇ ਜਿਵੇਂ ਆਟੇ ਦੇ ਜਾਂ ਪਹਿਲਾਂ ਕੋਈ ਹਲਵਾਈ ਸਟਾਈਲ ਸਮੋਸੇ ਨਹੀਂ ਬਣਾਏ ਨਾ, ਤਾਂ ਤੁਸੀਂ ਇਹ ਸਮੋਸੇ ਜਿਹੜੇ ਪਹਿਲੀ ਵਾਰ ਦੇ ਵਿੱਚ ਬਣਾ ਲਓਗੇ। ਇੰਨੇ ਸੌਖੇ ਤਰੀਕੇ ਨਾਲ ਮੈਂ ਤੁਹਾਨੂੰ ਇਹ ਸਮੋਸੇ ਬਣਾਉਣੇ ਦੱਸੂੰਗੀ। ਚਲੋ ਜੀ, ਫਿਰ ਇਹ ਦੋ ਤਰ੍ਹਾਂ ਦੇ ਆਪਾਂ ਸਮੋਸੇ ਬਣਾਵਾਂਗੇ। ਦੋਨੇ ਤਰ੍ਹਾਂ 'ਚੋਂ ਤੁਹਾਨੂੰ ਜਿਹੜਾ ਵੀ ਤਰੀਕਾ ਵਧੀਆ ਲੱਗਿਆ ਉਸ ਤਰੀਕੇ ਨਾਲ ਤੁਸੀਂ ਇਹ ਸਮੋਸੇ ਬਣਾ ਕੇ ਘਰ ਇੰਜੋਏ ਕਰ ਲਿਓ। ਅਤੇ ਵੀਡੀਓ ਜੇਕਰ ਵਧੀਆ ਲੱਗੀ ਲਾਈਕ ਜ਼ਰੂਰ ਕਰਿਓ, ਵੱਧ ਤੋਂ ਵੱਧ ਸ਼ੇਅਰ ਕਰਿਓ ਜੀ ਸਾਡੇ ਚੈਨਲ ਨੂੰ, ਜਿਹੜਾ ਹੁਣੇ ਸਬਸਕ੍ਰਾਈਬ ਕਰ ਲਓ। ਸਭ ਤੋਂ ਪਹਿਲਾਂ ਜੀ, ਇੱਕ ਖਾਲੀ ਬਰਤਨ ਦੇ ਵਿੱਚ ਆਪਾਂ ਮੈਦਾ ਪਾਵਾਂਗੇ। ਇੱਥੇ ਮੇਰੇ ਕੋਲ ਇੱਕ ਕੌਲੀ ਹੈ ਇਹ ਮੈਦੇ ਦੀ, ਮੈਦੇ ਨੂੰ ਮੈਂ ਛਾਣ ਲਿਆ ਚੰਗੇ ਤਰੀਕੇ ਨਾਲ। ਅੱਧੀ ਕੌਲੀ ਆਪਾਂ ਮੈਦੇ ਦੀ ਪਾਵਾਂਗੇ, ਅਤੇ ਤੁਸੀਂ ਜਿੰਨੇ ਕੁ ਪਿਨਵੇਲ ਸਮੋਸੇ ਬਣਾਉਣੇ ਆ ਉਨਾ ਕੁ ਮੈਦਾ ਤੁਸੀਂ ਵਰਤ ਲਿਓ। ਮੈਂ ਅੱਧੀ ਕੌਲੀ ਹੈ ਜਿਹੜੀ ਇਹ ਪਾ ਲਈਏ ਮੈਦੇ ਦੀ। ਅੱਧੇ ਚਮਚ ਤੋਂ ਥੋੜ੍ਹਾ ਜਿਹਾ ਘੱਟ ਆਪਾਂ ਪਾਵਾਂਗੇ ਜੀ ਨਮਕ। ਥੋੜ੍ਹੀ ਜਿਹੀ ਅਜਵਾਇਣ ਪਾਵਾਂਗੇ ਆਪਾਂ, ਕਰਸ਼ ਕਰਕੇ ਪਾਵਾਂਗੇ। ਡੇਢ ਕੁ ਚਮਚ ਆਪਾਂ ਜਿਹੜਾ ਇਹ ਰਿਫਾਇੰਡ ਤੇਲ ਦਾ ਪਾਵਾਂਗੇ। ਤੁਸੀਂ ਇੱਥੇ ਘਿਓ ਵੀ ਵਰਤ ਸਕਦੇ ਹੋ। ਪਹਿਲਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਮਿਕਸ ਕਰ ਲਾਂਗੇ ਚੰਗੇ ਤਰੀਕੇ ਨਾਲ ਜੀ, ਘਿਓ ਨੂੰ ਚੰਗੇ ਤਰੀਕੇ ਨਾਲ ਮੈਦੇ ਨਾਲ ਮਿਕਸ ਕਰ ਲਾਂਗੇ ਆਪਾਂ, ਕਿਉਂਕਿ ਜਦੋਂ ਆਪਾਂ ਇਹਨਾਂ ਨੂੰ ਕ੍ਰਿਸਪੀ ਬਣਾਉਣਾ ਹੁੰਦਾ ਨਾ, ਵਧੀਆ ਖਸਤੇ ਬਣਾਉਣਾ ਹੁੰਦਾ, ਖਾਸ ਕਰ ਲੇਅਰ ਵਾਲੇ ਆਪਾਂ ਕੋਈ ਸਮੋਸੇ ਜਾਂ ਪੈਟੀਜ਼ ਬਣਾਉਣੇ ਆ, ਤਾਂ ਘਿਓ ਦੀ ਮਾਤਰਾ ਜਿਹੜੀ ਉਹ ਸਹੀ ਹੋਣੀ ਚਾਹੀਦੀ ਹੈ ਇਹਦੇ ਵਿੱਚ, ਕਿ ਨਾ ਸ਼ੇਪ ਬਣਾ ਕੇ ਦੇਖਣੀ ਹੈ ਮੈਦੇ ਦੀ। ਦੇਖੋ ਸ਼ੇਪ ਬਣ ਰਹੀ ਹੈ ਤਾਂ ਬਿਲਕੁਲ ਸਹੀ ਹੈ ਵੀ ਘਿਓ ਦੀ ਮਾਤਰਾ। ਜੇ ਸ਼ੇਪ ਨਾ ਬਣਦੀ ਹੋਈ ਤਾਂ ਥੋੜ੍ਹਾ ਜਿਹਾ ਘਿਓ ਹੋਰ ਐਡ ਕਰ ਲਿਓ ਤੁਸੀਂ। ਹਾਂਜੀ, ਆਪਾਂ ਆਟਾ ਗੁੰਨਾਂਗੇ। ਉਹਦੇ ਲਈ ਨਾ ਇੱਕ ਕੱਪੀ ਇਹ ਮੈਂ ਪਾਣੀ ਦੀ ਲੈ ਲਈ, ਥੋੜ੍ਹਾ ਥੋੜ੍ਹਾ ਪਾਣੀ ਪਾਵਾਂਗੇ ਆਪਾਂ। ਅਤੇ ਪਾਣੀ ਹੈ ਜਿਹੜਾ ਜ਼ਿਆਦਾ ਠੰਡਾ ਨਹੀਂ ਵੀ ਫਰਿੱਜ ਵਾਲਾ, ਰੂਮ ਟੈਂਪਰੇਚਰ ਦਾ ਠੰਡਾ ਪਾਣੀ ਹੈ ਜਿਹੜਾ, ਨੋਰਮਲ ਠੰਡਾ ਪਾਣੀ ਹੁੰਦਾ। ਥੋੜ੍ਹਾ ਥੋੜ੍ਹਾ ਪਾਣੀ ਪਾ ਕੇ ਆਪਾਂ ਆਟਾ ਗੁੰਨਣਾ ਗਾ, ਕਿਉਂਕਿ ਆਟੇ ਨੂੰ ਆਪਾਂ ਮੁਲਾਇਮ ਤਾਂ ਜ਼ਰੂਰ ਰੱਖਣਾ ਪਰ ਸਖ਼ਤ ਗੁੰਨਣਾ ਆਪਾਂ ਆਟਾ। ਅਤੇ ਮੈਦੇ ਨੂੰ ਜੀ ਇਸ ਤਰੀਕੇ ਨਾਲ ਆਪਾਂ ਗੁੰਨਣਾ, ਨਾਲ ਦੀ ਨਾਲ ਮੈਦੇ ਦੇ ਲੱਛੇ ਦੇਖ ਲਓ ਕਿੰਨੇ ਵਧੀਆ ਬਣ ਰਹੇ ਆ। ਖਾਸ ਕਰਕੇ ਆਪਾਂ ਲੇਅਰ ਵਾਲੀ ਚੀਜ਼ ਬਣਾਉਣੇ ਆ, ਅਤੇ ਆਪਾਂ ਲੇਅਰ ਵਾਲੇ ਸਮੋਸੇ ਬਣਦੇ ਹੁੰਦੇ ਆ ਜਿਹੜੇ ਪਿਨਵੇਲ ਸਮੋਸੇ ਹੁੰਦੇ ਆ। ਅਤੇ ਹੁਣ ਆਪਾਂ ਥੋੜ੍ਹਾ ਜਿਹਾ ਪਾਣੀ ਪਾਵਾਂਗੇ, ਬਿਲਕੁਲ ਹੀ ਥੋੜ੍ਹਾ ਜਿਹਾ, ਅੱਧਾ ਕੁ ਚਮਚ, ਜ਼ਿਆਦਾ ਨਹੀਂ। ਇਹਨੂੰ ਮੁੱਕੀ ਦੇਵਾਂਗੇ ਆਪਾਂ, ਬਸ ਇੱਕ ਅੱਧਾ ਮਿੰਟ ਤੁਸੀਂ ਇਹਨੂੰ ਮੁੱਕੀ ਦੇ ਲੈਣਾ। ਉਸ ਤੋਂ ਬਾਅਦ ਇਹਨੂੰ ਰੈਸਟ ਕਰਨ ਵਾਸਤੇ ਰੱਖ ਦੇਣਾ, ਕੋਈ ਘਿਓ ਨਹੀਂ ਲਾਉਣਾ, ਕੁਛ ਵੀ ਨਹੀਂ। ਪੌਣੇ ਦਾ ਢੱਕ ਕੇ ਜਿਹੜਾ ਤੁਸੀਂ 5 ਤੋਂ 7 ਮਿੰਟ ਰੱਖ ਸਕਦੇ ਹੋ ਇਹਨੂੰ। ਅਤੇ ਆਟਾ ਜੀ ਚੰਗੇ ਤਰੀਕੇ ਨਾਲ ਆਪਾਂ ਮੁਲਾਇਮ ਕਰ ਲਿਆ, ਹੁਣ ਆਪਾਂ ਪੌਣੇ ਨਾਲ ਢੱਕ ਕੇ ਜਿਹੜਾ ਇਹਨੂੰ ਸਾਈਡ 'ਤੇ ਰੱਖ ਦਿਆਂਗੇ। ਤਾਂ ਇੱਥੇ ਜੀ ਆਲੂ ਨੂੰ ਉਬਾਲ ਕੇ ਮੈਂ ਠੰਡਾ ਕਰ ਲਿਆ, ਕੱਦੂਕਸ਼ ਕਰ ਲਿਆ ਸੀ ਵੀ ਚੰਗੇ ਤਰੀਕੇ ਨਾਲ ਨਾ ਮਿਕਸ ਹੋ ਜਾਣ। ਇਹ ਹੈਗੀ ਹੈ ਹਰੀ ਮਿਰਚ ਇੱਕ ਬਰੀਕ ਕੱਟੀ ਹੋਈ, ਜਿੰਨੀ ਕੁ ਸਟਫਿੰਗ ਮੈਂ ਬਣਾ ਰਹੀ ਹਾਂ ਉਸ ਹਿਸਾਬ ਨਾਲ ਵਰਤ ਰਹੀ ਹਾਂ, ਤੁਸੀਂ ਆਪਣੇ ਹਿਸਾਬ ਨਾਲ ਵਰਤ ਲਿਓ। ਇਹ ਹੈਗਾ ਜੀ ਬਰੀਕ ਹਰਾ ਧਨੀਆ ਕੱਟਿਆ ਹੋਇਆ, ਇਹ ਆਪਾਂ ਪਾ ਦੇਵਾਂਗੇ। ਅੱਧਾ ਚਮਚ ਆਪਾਂ ਧਨੀਆ ਪਾਊਡਰ ਪਾਵਾਂਗੇ ਜੀ, ਥੋੜ੍ਹਾ ਜਿਹਾ ਜੀਰਾ ਪਾਊਡਰ ਪਾਵਾਂਗੇ ਜੀ ਆਪਾਂ, ਥੋੜ੍ਹਾ ਜਿਹਾ ਕਾਲਾ ਨਮਕ ਟੇਸਟ ਅਨੁਸਾਰ, ਅਤੇ ਲਾਲ ਮਿਰਚ ਮੈਂ ਬਿਲਕੁਲ ਹੀ ਥੋੜ੍ਹੀ ਜਿਹੀ ਪਾਉਂਗੀ ਜੀ। ਤੁਸੀਂ ਇੱਥੇ ਕਾਲੀ ਮਿਰਚ ਵੀ ਵਰਤ ਸਕਦੇ ਹੋ ਜਾਂ ਇਕੱਲੀ ਹਰੀ ਮਿਰਚ ਜਾਂ ਇਕੱਲੀ ਲਾਲ ਮਿਰਚ ਵੀ ਵਰਤ ਸਕਦੇ ਹੋ, ਆਪਦੇ ਟੇਸਟ ਅਨੁਸਾਰ ਤੁਸੀਂ ਮਿਰਚ ਵਰਤ ਲਿਓ। ਅਤੇ ਆਪਾਂ ਬਣਾ ਰਹੇ ਹਾਂ ਜੀ ਸਮੋਸੇ, ਅਤੇ ਉਹਦੇ ਵਿੱਚ ਆਪਾਂ ਚਾਟ ਮਸਾਲਾ ਜ਼ਰੂਰ ਪਾਵਾਂਗੇ। ਤੁਸੀਂ ਜੇਕਰ ਚਾਟ ਮਸਾਲਾ ਨਾ ਹੋਇਆ ਤਾਂ ਨਿੰਬੂ ਦਾ ਰਸ ਵੀ ਪਾ ਸਕਦੇ ਹੋ ਅੱਧਾ ਕੁ ਚਮਚ। ਅਤੇ ਹੁਣ ਜੀ ਸਾਰੇ ਮਸਾਲਿਆਂ ਨੂੰ ਆਪਾਂ ਜਿਹੜਾ ਆਲੂ ਦੇ ਨਾਲ ਮਿਕਸ ਕਰ ਦਿਆਂਗੇ। ਸਟਫਿੰਗ ਆਪਣੀ ਹੋ ਗਈ ਹੈ ਜੀ ਤਿਆਰ, ਝਟਪਟ ਤਿਆਰ ਹੋ ਜੂਗੀ ਸਟਫਿੰਗ। ਅਤੇ ਇਸ ਤਰ੍ਹਾਂ ਦੀ ਬਣੀ ਚਟਪਟੀ ਸਟਫਿੰਗ ਬਹੁਤ ਟੇਸਟੀ ਲੱਗਦੀ ਹੈ ਜੀ ਸਮੋਸਿਆਂ ਦੇ ਵਿੱਚ, ਅਤੇ ਬੱਚਿਆਂ ਨੂੰ ਬਹੁਤ ਪਸੰਦ ਆਉਂਦੀ ਹੈ, ਸਭ ਨੂੰ ਪਸੰਦ ਆਉਂਦੀ ਹੈ। ਲਓ ਜੀ ਸਟਫਿੰਗ ਹੋ ਗਈ ਆਪਣੀ ਤਿਆਰ, ਚਟਪਟ ਬਣ ਕੇ ਤਿਆਰ ਹੋ ਗਈ। ਅਤੇ ਹੁਣ ਆਪਾਂ ਆਟਾ ਦੇਖ ਲੈਂਦੇ, ਆਟੇ ਨੂੰ ਵੀ ਟਾਈਮ ਹੋ ਗਿਆ ਰੱਖੇ ਨੂੰ, ਅਤੇ ਆਟੇ ਨੂੰ ਹੋ ਗਿਆ ਜੀ ਟਾਈਮ ਰੱਖੇ ਨੂੰ। ਹੁਣ ਆਟਾ ਦੇਖੋ ਬਿਲਕੁਲ ਹੀ ਨਰਮ ਹੈ, ਆਪਾਂ ਪਹਿਲੇ ਮੁੱਕੀ ਦੇ ਕੇ ਰੱਖਿਆ ਸੀ ਆਟੇ ਨੂੰ, ਬਸ ਤੁਸੀਂ ਇਹਨੂੰ ਠੰਡੀ ਥਾਂ 'ਤੇ ਰੱਖ ਦਿਓ ਕਿਉਂਕਿ ਮੌਸਮ ਹੈ ਜਿਹੜਾ ਚੇਂਜ ਹੋ ਗਿਆ ਵੀ, ਸ਼ਾਮੇ ਰੱਖ ਦਿਓ। ਅਤੇ ਆਟੇ ਨੂੰ ਇਸ ਤਰੀਕੇ ਨਾਲ ਹਲਕੀ ਜਿਹੀ ਮੁੱਕੀ ਦੇ ਲਾਂਗੇ ਆਪਾਂ। ਆਟੇ ਨੂੰ ਜੀ ਆਪਾਂ ਕਰ ਲਿਆ ਨਰਮ, ਅਤੇ ਇੱਕ ਪੇੜਾ ਕਰ ਲਾਂਗੇ ਆਟੇ ਦਾ ਇਸ ਤਰ੍ਹਾਂ, ਬਿਲਕੁਲ ਵੀ ਨਾ ਜ਼ਿਆਦਾ ਟਾਈਮ ਨਹੀਂ ਲੱਗਣਾ, ਬਹੁਤ ਝਟਪਟ ਬਣ ਜਾਂਦੇ ਆ ਇਹ ਸਮੋਸੇ। ਜੇ ਪਹਿਲਾਂ ਤੁਸੀਂ ਕਦੇ ਕੋਈ ਸਮੋਸੇ ਨਹੀਂ ਨਾ ਬਣਾਏ ਤਾਂ ਇਹ ਸਮੋਸੇ ਤੁਸੀਂ ਪਹਿਲੀ ਵਾਰ 'ਚ ਹੀ ਬਣਾ ਲਓਗੇ, ਇੰਨੇ ਸੌਖੇ ਤਰੀਕੇ ਨਾਲ ਬਣਦੇ ਆ ਇਹ। ਬਾਕੀ ਇਹ ਆਏ ਬਹੁਤ ਘੱਟ ਸਮਾਨ ਦੇ ਨਾਲ ਬਹੁਤ ਜ਼ਿਆਦਾ ਸਮੋਸੇ ਬਣ ਕੇ ਤਿਆਰ ਹੋ ਜਾਂਦੇ ਆ। ਅਤੇ ਇਸ ਤਰ੍ਹਾਂ ਜੀ ਮੈਂ ਇੱਕ ਥਾਲ 'ਤੇ ਜਿਹੜਾ ਇਹ ਪੇੜਾ ਰੱਖ ਲੂੰਗੀ, ਤੁਸੀਂ ਕਿਸੇ ਵੀ ਚੱਕਲੇ 'ਤੇ, ਤੁਹਾਡੇ ਕੋਲ ਵੱਡਾ ਚੌਪਿੰਗ ਬੋਰਡ ਹੈਗਾ ਤੁਸੀਂ ਉਹਦੇ 'ਤੇ ਰੱਖ ਸਕਦੇ ਹੋ, ਕਿਸੇ ਖੁੱਲ੍ਹੀ ਜਗ੍ਹਾ 'ਤੇ ਪੇੜਾ ਰੱਖ ਲਿਓ ਕਿਉਂਕਿ ਆਪਾਂ ਵੱਡੀ ਰੋਟੀ ਵੇਲਣੀ ਹੈ। ਸੁੱਕਾ ਮੈਦਾ ਡਸਟ ਕਰ ਲਾਂਗੇ ਥੋੜ੍ਹਾ ਥੋੜ੍ਹਾ, ਜ਼ਿਆਦਾ ਨਹੀਂ। ਅਤੇ ਇਸ ਤਰ੍ਹਾਂ ਜੀ ਹੁਣ ਆਪਾਂ ਇੱਕ ਰੋਟੀ ਵੇਲਾਂਗੇ ਵੱਡੇ ਸਾਈਜ਼ ਦੀ। ਤਾਂ ਬਿਲਕੁਲ ਪਤਲੀ ਰੋਟੀ ਵੇਲ ਲਈ ਜੀ ਆਪਾਂ, ਜ਼ਿਆਦਾ ਪਤਲੀ ਨਹੀਂ ਰੋਟੀ ਨੂੰ ਕੀਤਾ, ਦੇਖੋ ਇੰਨੀ ਕੁ ਰੋਟੀ ਪਤਲੀ ਆਪਾਂ ਵੇਲੀ ਆ। ਅਤੇ ਹੁਣ ਜੀ ਆਪਾਂ ਸਟਫਿੰਗ ਇਸ ਤਰੀਕੇ ਨਾਲ ਸੈੱਟ ਕਰ ਦਿਆਂਗੇ ਰੋਟੀ ਦੇ ਉੱਪਰ, ਚੰਗੇ ਤਰੀਕੇ ਨਾਲ ਫੈਲਾ ਦਿਆਂਗੇ, ਬਸ ਹਲਕੀਆਂ ਹਲਕੀਆਂ ਕਿਨਾਰੀਆਂ ਰੱਖਾਂਗੇ ਆਪਾਂ, ਇੱਥੇ ਸਟਫਿੰਗ ਨਹੀਂ ਲਾਵਾਂਗੇ। ਅਤੇ ਹੁਣ ਇੱਥੇ ਜੀ ਤੁਸੀਂ ਹਰੀ ਚਟਨੀ ਵੀ ਵਰਤ ਸਕਦੇ ਹੋ ਵੀ ਥੋੜ੍ਹਾ ਜਿਹਾ ਚਟਪਟਾ ਇਹਨਾਂ ਨੂੰ ਬਣਾਉਣ ਵਾਸਤੇ, ਅਤੇ ਮੈਂ ਟਮੈਟੋ ਕੈਚਅਪ ਵਰਤੂੰਗੀ ਜਾਂ ਤੁਸੀਂ ਇਮਲੀ ਦੀ ਚਟਨੀ ਵਰਤ ਸਕਦੇ ਹੋ, ਇਹਦੇ ਨਾਲ ਫਲੇਵਰ ਬਹੁਤ ਵਧੀਆ ਆਉਂਦਾ ਗਾ, ਬਸ ਜ਼ਿਆਦਾ ਨਹੀਂ।
तो हम जी इस तरह आप इधरों साइड उठावे हल्का जरा प्रेस करा तो इन्हों घुमा आवेंगे रोटी इस तरीके बंद कर दे आवेंगे नाल दी नाल लॉक ला एक रोल बना देंगे यदा चंगी तरह आप इस तरीके ना थोड़ा जहा रोल कर देंगे तो इन लॉक लग जाए चंगे तरीके ना। तो हाँ जी आप किनारियां कट देंगे क्योंकि इतने स्टफिंग नहीं हैगी। तो इस तरह ही आप सारे समोसे है जोड़े कट कर ले। हम इस तरीके समोसे उठावे हल्का जहा प्रेस करा हत्थों में सारिया लेयर है जीडिया सैट हो जाए इस तरीके बन के तैयार हो गए। एक प्लेट के सारे आप इस तरीके ने बना बना रखी चलेंगे। इस तरह ही सारे समोसे आप तैयार कर लिए है। तो इतने जी आप थोड़ा जहा मैदा लिया ये बिल्कुल ही थोड़ा जहा नमक पावे आप बिल्कुल थोड़ी जी लाल मिर्च इतनी चिली फ्लैक्स या काली मिर्च भी वरत सकते हो। तो हाँ जी थोड़ा जहा पानी पा के ना पतला जहा घोल तैयार करा। ज़्यादा गाढ़ा नहीं रखना जी इस घोल में आप पतला करा। तो मैदे का घोल बन के अपने को हो गए जी तैयार। ये आप दूजे तरीके जो समोसे बनावे आप दो तरह के पिनविल समोसे बनावे जिड़े भी थोड़ा पसंद हो उस तरीके जोड़े बना के इंजॉय कर सकते हो घर। तो ऑयल आप कर लें जी गर्म हाँ जी तेल में आप कर लिया मीडियम फ्लेम पर गर्म। तुम रिफाइंड तेल वरत सकते हो डालडा घ्यो वरत सकते हो इतना बनाने वास्ते मीडियम जी अग रखी हुई है तुम गैस पर बनाओगे। ये है अपने पिनविल समोसे एक करके आप गर्म तेल के इस तरीके समोसे छड देंगे जी। देखो इन्ना क गर्म तेल होना चाहिए हल्के हल्के बबल्स बन रहे हैं। चार पाँच के समोसे आप इस तरीके बनावे थोड़ा दूजे तरीके भी है जो अद्धे समोसे बना के दिखाने हैं। तो इन्हों जी आप बिल्कुल भी हिलाना नहीं गा अपने आप इन्हों पकन देना है हल्के हल्के जो पक गए ना अपने आप है जी उपर तैरन लग जाएंगे। बस तुम अग ना ज़्यादा करो क्योंकि जो अग ज़्यादा कर दोगे तो जोड़े ये चंगे तरीके लेयर नहीं बनने तो छेती पक जाएंगे कच्चे रह जाएंगे। तो देखो जी इन्हों बिल्कुल है ना दो मिनट ही लगे दो मिनट तो भी घट टाइम लगे मीडियम जी फ्लेम से अपने आप है जोड़े ये उपर तैरन लग गए। तो हम आप हल्का हल्का साइडों को पलट देंगे दोनों साइडों को ना आप पलटते हुए इन्हों पका लेंगे। तो बस इन्हों आप गोल्डन कर लाँगा कि सारे समोसे अपने बन के ये हो गए जी तैयार। देखो इन्ने के गोल्डन आप कर ले तो इन्हों सारे जो आप कढ़ लाँगे तो दूजे भी आप बना के दिखाने भी किस तरीके बनाने हैं। तो इस तरह जी आप एक समोसा उठावे तो इन घोल के इस तरीके जिमें आप पकौड़े बनाने सेम उस तरीके डिप करा गर्म तेल छड़ देंगे तेल उस तरह के मीडियम फ्लेम पर गर्म होना चाहिए जी। जिनी कि कढ़ाई के स्पेस हुई ना तुम उन्नी की छो नहीं आए हो सकता भी मतलब चिपक सकते समोसे सारे। इस तरह जी ये समोसे भी अपने बन रहे हैं देखो तो अपने आप जो हल्के जो पक गए ना अपने आप तैरन लग जाएंगे उपर ये तो इन्हों ना हल्का जो हिला जरूर देना देखो चिपक ना जाएंगे एक दूजे ना क्योंकि आप जो बैटर बनाया ना उसकी वजह कारण चिपक सकते हैं। इस करके ना वड्डी कढ़ाई घट समोसे बनाने की कोशिश करो बाकी जो ये हल्के हल्के पक गए अपने आप अलग हो जाएंगे। जिहड़े आप पहला समोसे बनाए हैं जी उन्होंने तरह ना आप भी मतलब मीडियम जी अग तो रखनी है पर थोड़ी जी उन्होंने तो ज़्यादा रखनी है अग क्योंकि ये की है कि आप जो बैटर बनाया ना उपर लाया मतलब मैदे का बैटर जो आप लाया फिर जो घट फ्लेम रखा ना तो तेल जो घट गर्म होगा वो ज़्यादा तेल पी जूगा। इस करके आप मैदे में भी पकाना बैटर में भी पकाना सो अग थोड़ी जी ज़्यादा रखियो। तो आ समोसे भी अपने बन गए जी देखो किन्ने वधिया गोल्डन हो गया बस इन्हें गोल्डन कर लेना भी चंगे तरीके पक जाने ही इन्हों भी जो आप रखना है किन्ने वधिया जिहड़े किन्ने खस्ता बन के तैयार हो गए। तो गर्म गर्म ने तुसी बना के जो सर्व कर दोनों तरह के पिनविल समोसे बन के तैयार हो गए जी। बहुत ही सौखी जी रेसिपी है बहुत आसान तरीके बहुत घट समान के बन के है जी तैयार हो जूगी बहुत ज़्यादा मात्रा के जो थोड़े जी आलू तुम यह समोसे तैयार कर सकते हो। तो वीडियो जेकर वधिया लगी जी लाइक जरूर करो शेयर वध तो वध करो जाते जाते अपने चैनल में जरूर सबसक्राइब कर लियो जी। आप मिलेंगे नैक्सट वीडियो के नाल तक जी थोड़ा सारे सत श्रीकाल जी। तो सारे समोसे देखो जी किन्ने खस्ता बन के तैयार हुए हैं आवाज़ तुम सुन लो किन्ने वधिया जिहड़े बन के तैयार हो गए ये भी खस्ता बने पूरे।
देखो जी आवाज़ सुन सकते हो तुम कि खस्ता बने हैं। फिर ना तुम हरी चटनी के नाल टमैटो टमैटो कैचअप के नाल चाह के नाल एवं बना के भी जो सर्व कर सकते हो। दोनों जिहड़े भी तुहानू वधिया लगे उस तरीके नाल तुसीं बना के जो इन्हां नू इंजॉय कर सकते हो सारे दे सारे।